ਕਲਾਸ 10th ਚੈਪਟਰ 7 ਮਾਈਕਰੋਸਾਫਟ ਪਬਲਿਸ਼ਰ ਇਹਦੀ ਆਪਾਂ ਬੈਕ ਐਕਸਰਸਾਈਜ਼ ਕਰਦੇ ਆ ਆਕਰਸ਼ਕ ਵਿਗਿਆਪਨ ਤਿਆਰ ਕਰਨ ਅਤੇ ਪ੍ਰਚਾਰ ਸੰਬੰਧੀ ਸਮਗਰੀ ਡਿਜ਼ਾਈਨ ਕਰਨ ਲਈ ਵਰਤੀ ਜਾਣ ਵਾਲੀ ਇੱਕ ਐਪਲੀਕੇਸ਼ਨ ਚੁਣੋ ਪਬਲਿਕੇਸ਼ਨ ਪਬਲਿਸ਼ਰ ਡੈਸ਼ ਦੀ ਵਰਤੋਂ ਕਰਕੇ ਕਵਿਕ ਪਬਲਿਕੇਸ਼ਨ ਬਣਾਉਂਦਾ ਹੈ ਵੀਜ਼ਾਰਡ ਕੀਬੋਰਡ ਦੇ ਜ਼ਰੀਏ ਮਾਈਕਰੋਸਾਫਟ ਪਬਲਿਸ਼ਰ ਨੂੰ ਖੋਲਣ ਲਈ ਸਰਚ ਬਾਰ ਵਿੱਚ ਕੀ ਟਾਈਪ ਕਰਨਾ ਚਾਹੀਦਾ ਹੈ ਪਬਲਿਸ਼ਰ ਹਰ ਇੱਕ ਟੈਬ ਡੈਸ਼ ਵਿੱਚ ੁੰਡਿਆ ਹੁੰਦਾ ਹੈ ਗਰੁੱਪਸ ਪਬਲੀਕੇਸ਼ਨ ਬਣਾਉਣ ਤੋਂ ਬਾਅਦ ਡੈਸ਼ ਤੋਂ ਸੇਵ অপਸ਼ਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਸੇਵ ਕਰੋ ਫਾਈਲ ਫਾਈਲ ਮੀਨੂ ਵਿੱਚ ਡੈਸ਼ ਬਟਨ ਤੇ ਕਲਿੱਕ ਕਰੋ ਕਲਿੱਕ ਕਰਕੇ ਪਬਲਿਕੇਸ਼ਨ ਨੂੰ ਬੰਦ ਕਰੋ ਕਲੋਜ਼ ਖਾਲੀ ਥਾਂ ਅਸੀਂ ਬਲੈਕ ਲੇਆਉਟ ਵਿੱਚ ਟੈਕਸਟ ਪਿਕਚਰ ਵਰਡ ਆਰਟ ਆਟੋ ਪੇਸ ਸ਼ੇਪਸ ਆਦਬਜੈਕਟ ਨੂੰ ਢਾਕਲ ਕਰ ਸਕਦੇ ਹਾਂ ਬਾਕਸ ਦੀ ਲਾਈਨਾਂ ਦੇ ਵਿੱਚ ਕਰ ਪਿਆ ਹੈਂਡਲ ਆਬਜੈਕਟ ਨੂੰ ਵਰਟੀਕਲੀ ਅਤੇ ਹਾਰੀਜ਼ੋਂਟਲੀ ਖਿੱਚੇਗਾ ਅਸੀਂ ਫਰੇਮ ਦਾ ਆਕਾਰ ਬਦਲਣ ਲਈ ਹੈਂਡਲ ਨੂੰ ਕਲਿੱਕ ਕਰਕੇ ਡ੍ਰੈਗ ਕਰ ਸਕਦੇ ਹਾਂ ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲੌਗ ਬਾਕਸ ਲਾਂਚ ਆਈਕਨ ਤੇ ਕਲਿੱਕ ਕਰੋ ਜੋ ਕਿ ਹਰ ਡੈਸ਼ ਦੇ ਡੈਸ਼ ਵਾਲ ਹੁੰਦਾ ਹੈ ਰਾਈਟ ਗਰੁੱਪ ਦੇ ਕਾਰਨਰ ਵਾਲ ਜਦੋਂ ਅਸੀਂ ਇੱਕ ਡੈਸ਼ ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨੇ ਆ ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ ਇਹਨਾਂ ਨੂੰ ਡੈਸ਼ ਕਿਹਾ ਜਾਂਦਾ ਹੈ ਫਰੇਮ ਤੇ ਕਲਿੱਕ ਕਰਦੇ ਹਾਂ ਤੇ ਇਹਨਾਂ ਨੂੰ ਹੈਂਡਲਸ ਕਿਹਾ ਜਾਂਦਾ ਹੈ ਸਹੀ ਗਲਤ ਪਬਲਿਸ਼ਰ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਆਸਾਨੀ ਨਾਲ ਇੱਕ ਪਬਲਿਕੇਸ਼ਨ ਤਿਆਰ ਕੀਤਾ ਜਾ ਸਕਦਾ ਹੈ ਸਹੀ। ਜ਼ਿਆਦਾਤਰ ਪਬਲਿਕੇਸ਼ਨ ਵਿੱਚ ਕਈ ਹਿੱਸੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਫਰੇਮ ਕੀਤਾ ਜਾਂਦਾ ਹੈ ਸਹੀ। ਕੋਨੇ ਦੇ ਹੈਂਡਲਸ ਨਾਲ ਅਨੁਪਾਤਕ ਤੌਰ ਤੇ ਆਬਜੈਕਟ ਦਾ ਆਕਾਰ ਬਦਲਿਆ ਜਾ ਸਕਦਾ ਹੈ ਸਹੀ। ਪਬਲਿਸ਼ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਨੂੰ ਸਾਰੇ ਪਬਲਿਕੇਸ਼ਨ ਨੂੰ ਬੰਦ ਨਹੀਂ ਕਰਨਾ ਚਾਹੀਦਾ। ਗਲਤ। ਅਸੀਂ ਕਿਸੇ ਵੀ ਆਈਟਮ ਤੇ ਟੈਗ ਲਗਾ ਕੇ ਕਰਕੇ ਉਸ ਨੂੰ ਕੁਇਕ ਐਕਸੈਸ ਟੂਲ ਬਾਰ ਜਿਸामੇ ਨਹੀਂ ਕਰ ਸਕਦੇ ਗਲਤ ਬਾਦ ਛੋਟੇ ਉਤਰਾ ਵਾਲੇ ਪ੍ਰਸ਼ਨ ਪਬਲੀਕੇਸ਼ਨ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਂਸ਼ਨ ਵਰਤੀ ਜਾਂਦੀ ਹੈ .pub ਆਬਜੈਕਟ ਨੂੰ ਮੂਵ ਕਰਨ ਲਈ ਕਿਹੜਾ ਕਰਸਰ ਵਰਤਿਆ ਜਾਂਦਾ ਹੈ ਕ੍ਰੋਸ ਸ਼ੇਡਸ ਆਨਲਾਈਨ ਟੈਂਪਲੇਟ ਕਿਸ ਵਿੱਚ ਉਪਲਬਧ ਹੁੰਦੇ ਹਨ office.com .com, .com. ਸਾਡੇ ਵੱਲੋਂ ਹਾਲ ਵਿੱਚ ਕੀ ਹਾਲ ਹੀ ਵਿੱਚ ਵਰਤੀਆਂ ਗਈਆਂ ਪਬਲਿਕیشن ਫਾਈਲਾਂ ਦੀ ਸੂਚੀ ਕਿਸ ਵਿੱਚ ਹੁੰਦੀ ਹੈ ਰੀਸੈਂਟ ਕਿਸ ਆਪਸ਼ਨ ਦੀ ਵਰਤੋਂ ਕਰਕੇ ਆਬਜੈਕਟ ਦੇ ਆਲੇ ਦੋਲੇ ਦਾ ਟੈਕਸਟ ਚੇਂਜ ਕੀਤਾ ਜਾਂਦਾ ਹੈ ਰੈਪ ਟੈਕਸਟ easy which answer multiple choice question filling the blanks true or false and very short answer please like and subscribe thank you have a great day